ਸਾਬਕਾ ਸੁਲਤਾਨਪੁਰ ਲੋਧੀ ਦੇ MLA ਨਵਤੇਜ ਸਿੰਘ ਚੀਮਾ ਨੇ ਪਿੰਡ ਤਾਜੀਪੁਰ ਵਿੱਚ ਆਣ ਕੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਲਈ ਪੈਸੇ ਵੰਡੇ ਅਤੇ ਨਾਲ ਹੀ ਸਰੋਪਿਆਂ ਨਾਲ ਸਨਮਾਨਿਤ ਕੀਤਾ ਅਤੇ ਕਿਹਾ ਕਿ ਜੋ ਇਹ ਰਕਮ ਦਿੱਤੀ ਗਈ ਹੈ ਇਹ ਪਿੰਡਾਂ ਦੇ ਵਿਕਾਸ ਲਈ ਹੈ ਅਤੇ ਜੋ ਵੀ ਸਰਪੰਚ ਇਹ ਪਿੰਡਾਂ ਦੇ ਵਿਕਾਸ ਲਈ ਪੈਸੇ ਨਹੀਂ ਵਰਤੇਗਾ ਉਸਦੀ ਗਲਤੀ ਮੰਨੀ ਜਾਏਗੀ। 31 ਮਾਰਚ ਤੱਕ ਇਹ ਪੈਸੇ ਵਰਤੇ ਜਾਣ। ਕੈਮਰਾਮੈਨ ਅਰਸ਼ਦੀਪ ਦੇ ਨਾਲ ਜਤਿੰਦਰ ਸਿੰਘ ਦੀ ਰਿਪੋਰਟ, ਸਪੈਸ਼ਲ ਨਿਊਜ਼ ਪੰਜਾਬੀ। ਪੈਸੇ ਤੁਹਾਨੂੰ ਪਿੰਡਾਂ ਨੂੰ ਦੇਣੇ ਸੀਗੇ, ਬਾਕੀ ਤਾਂ ਦੇਣੇ 31 ਮਾਰਚ ਤੋਂ ਬਾਅਦ। ਇਹ ਪੈਸੇ ਤੁਹਾਨੂੰ ਦੇਣੇ ਆ ਵੀ ਜਿਹੜੇ 15 ਮਾਰਚ ਤੋਂ ਪਹਿਲਾਂ ਤੁਸੀਂ ਖਤਮ ਕਰ ਦਿਓ, ਕਿਉਂਕਿ ਇਹ ਵਾਲੀ ਗੱਲ ਨਹੀਂ ਪਿੰਡਾਂ 'ਚ ਪੈਸੇ ਪੈ ਰਹੇ, ਕੋਈ ਲਾਵੇ ਨਹੀਂ, ਕੋਈ ਧਿਆਨ ਨਾ ਰੱਖੇ, ਕੋਈ ਉਹ ਚੈੱਕ ਨਾ ਕਰੇ ਜਾਂ ਉੱਦਾਂ ਹੀ ਠੀਕ ਆ ਜੀ ਪੈਸੇ ਪੈ ਰਹੇ, ਕੋਈ ਵੇਖੇ ਨਹੀਂ, ਆਪਦਾ ਟਰਮ ਲਗਾ ਦੇਵੇ ਯਾਰ ਕਿ ਚੈੱਕ ਵੀ ਰੱਖੀਦਾ ਅਤੇ ਟਾਈਮ ਦਈਦਾ ਵੀ 19 ਤਰੀਕ ਤੱਕ ਪੈਸੇ ਲੱਗਣੇ ਚਾਹੀਦੇ ਆ। ਕੰਮ ਕਰਾਉਂਦੇ ਹੀ ਨਹੀਂ ਗੇ, ਕਈ ਜਗ੍ਹਾ 'ਤੇ ਵੇਖਿਆ, ਪਰ ਆਪਣੇ ਸਰਪੰਚ ਤਕਰੀਬਨ ਉਹ ਛੱਡ ਕੇ ਠੀਕ ਆ, ਬਾਕੀ ਉਹ ਹਿੰਮਤ ਕਰਕੇ ਕੰਮ ਕਰਾਓ। ਨਰੇਗਾ ਦੇ ਪੈਸੇ ਬਹੁਤ ਪਏ ਆ, ਇਹ ਪੈਸੇ ਤੁਹਾਨੂੰ ਦਿੱਤੇ ਆ ਵੀ ਉਹਦੇ ਵਿੱਚ ਹਿੱਸਾ ਪਾ ਕੇ ਅਤੇ ਭਾਵੇਂ 20 ਲੱਖ 30 ਲੱਖ ਦਾ ਆਪਣੇ ਪਿੰਡ ਦਾ ਕੰਮ ਸਿਰੇ ਚੜਾਓ। ਆਹ ਲੱਗੇ ਗੋਗੇ ਹੋਰੀ ਖੜਿਆ ਜਾਂਦੇ ਹੋਰੀ ਸਰਪੰਚ ਉੱਚੇ ਤੋਂ, ਇਹਨਾਂ ਪਤਾ ਨਹੀਂ 40-50 ਲੱਖ ਦਾ ਨਰੇਗਾ 'ਚੋਂ ਕੰਮ ਕਰਾ ਲਿਆ, ਇੰਨੀ ਗਰਾਂਟ ਲੈ ਲਈ ਨਾਲ। ਜਿੱਥੇ ਹਿੰਮਤ ਕਰਨਗੇ ਸਰਪੰਚ ਸਾਹਿਬਾਨ ਉੱਥੇ ਹੀ ਕੰਮ ਹੁੰਦਾ।